ਅਸਲਾਮ ਵਾਲੇਕਮ ਲੋ ਜੀ, ਤੁਸੀਂ ਦੇਖ ਪੰਜਾਬੀ ਚੈਨਲ, ਤੁਹਾਡੇ ਸਾਰਿਆਂ ਦਾ ਲਾਈਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਤਾਜ਼ੀ ਖਬਰ ਆਈ ਹੈ ਕਿ ਮੌਲਾਨਾ ਬੜਾ ਵੱਡਾ ਤਖ਼ਤ ਹੈ। ਹਾਏ ਹਾਏ ਰੱਬਾ, ਹਾਏ ਹਾਏ। ਹਾਂਜੀ, ਹੁਣ ਤੁਸੀਂ ਕਹੋਗੇ ਕਿ ਕੱਲ੍ਹ ਤਾਂ ਮੌਲਾਨਾ ਦੇ ਚਿਹਰੇ 'ਤੇ ਨੂਰ ਫੁੱਟ ਰਿਹਾ ਸੀ। ਹਾਂ, ਕੱਲ੍ਹ ਜਿਹੜਾ ਉਹ ਮੌਲਾਨਾ ਦੀਆਂ ਖੁਸ਼ਬੂਆਂ ਫੈਲੀਆਂ ਗਈਆਂ ਸੀ, ਮੂੰਹ 'ਚੋਂ ਫੁੱਲ ਝੜ ਰਹੇ ਸਨ। ਹਾਂ, ਅਤੇ ਅੱਜ ਹਾਂ ਜੱਕ ਹੋ ਗਿਆ। ਇਹ ਕੀ ਹੋ ਗਿਆ, ਇਹ ਕੀ ਹੋ ਗਿਆ ਵੀ, ਇਹ ਕੀ ਹੋ ਗਿਆ। ਹਾਂਜੀ, ਉਹ ਇਹ ਹੋਇਆ ਜਨਾਬ ਇੰਝ ਕਿ ਦੇਖੋ, ਮੌਲਾਨਾ ਦਾ ਕੋਈ ਪਤਾ ਨਹੀਂ। ਹਾਂ, ਮੌਲਾਨਾ ਜਿਵੇਂ ਬਦਲਦਾ ਉਵੇਂ ਅਸੀਂ ਵੀ ਬਦਲ ਜਾਂਦੇ ਹਾਂ ਫਿਰ। ਹਾਂ ਜੀ, ਅਸੀਂ ਇਹ ਕਰ ਸਕਦੇ ਹਾਂ ਨਾ ਕਿ ਮੌਲਾਨਾ ਦੀ ਕਿਸੇ ਅੱਛੀ ਗੱਲ 'ਤੇ ਕਿ ਮੌਲਾਨਾ ਤੇਰੇ ਜਾਨ ਸਾਹ, ਹਾਂ ਬੇਸ਼ੁਮਾਰ ਬੇਸ਼ੁਮਾਰ। ਫਿਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮੌਲਾਨਾ ਤੇਰੀ ਯਾਰ ਬੇਸ਼ੁਮਾਰ ਬੇਸ਼ੁਮਾਰ ਬੇਸ਼ੁਮਾਰ। ਹਾਂ ਦੇਖੋ, ਮੌਲਾਨਾ ਦਾ ਵਿਸਾ ਨਹੀਂ ਖਾਣਾ। ਹਾਂ, ਕੱਲ੍ਹ ਮੇਰੇ ਕਮੈਂਟ 'ਚ ਵੀ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਯਾਰ ਇੰਨੀ ਨਤਰੀ, ਇੰਨਾ ਨਾ ਭੂਏ ਚੜਾ ਮੌਲਾਨਾ ਨਾ। ਹਾਂ, ਮੌਲਾਨਾ ਫਟ ਜਾਏ, ਬੇੜਾ ਗਰਕ ਹੋਏ, ਇਹਦਾ ਕੋਈ ਇਤਬਾਰ ਨਹੀਂ। ਕਿਸੇ ਟਾਈਮ ਵੀ ਇੰਝ ਪਲਟ ਸਕਦਾ, ਜਿਵੇਂ ਉਹ ਕਹਿੰਦੇ ਕਿ ਬੰਦਾ ਕੋਈ ਡੀਜ਼ਲ 'ਤੇ ਤਿਲਕਦਾ ਨਾ, ਇੰਝ ਮੌਲਾਨਾ ਵੀ ਡੀਜ਼ਲ 'ਤੇ ਤਿਲਕ ਕੇ ਮੌਲਾਨਾ ਉਹਦੇ ਹਰੇ। ਮੈਂ ਮੌਲਾਨਾ ਡੀਜ਼ਲ ਨਹੀਂ ਕਹਿ ਰਿਹਾ, ਹਾਂ, ਕਿਉਂਕਿ ਜਦ ਤੱਕ ਵੋਟਿੰਗ ਨਹੀਂ ਨਾ ਹੋ ਜਾਂਦੀ ਉੰਨੀ ਦੇਰ ਤੱਕ ਕੁਛ ਨਹੀਂ ਕਿਹਾ ਜਾ ਸਕਦਾ ਵੀ ਕੀ ਹੋਇਆ ਕੀ। ਮੌਲਾਨਾ ਨੇ ਕਿਹਾ ਜੀ ਕਿ ਆਇਨੀ ਤਰਮੀਮ ਜਿਹੜੀ ਆ ਰਹੀ ਹੈ ਉਹਦੇ 'ਚ ਅਗਰ ਇਸਲਾਹਾਤ ਐਸੀਆਂ ਹੋਈਆਂ ਜਿਹੜੀਆਂ ਕਿ ਹਾਂ ਸਾਨੂੰ ਲੱਗਦੀਆਂ ਹੈ ਕਿ ਵੀ ਇਹ ਕੋਈ ਠੀਕ ਨੇ, ਉਹਦੇ 'ਚ ਅਸੀਂ ਸਾਥ ਦਿਆਂਗੇ, ਉਹਦੇ 'ਚ ਅਸੀਂ ਸੋਚਾਂਗੇ। ਮੇਰਾ ਮਤਲਬ ਕਿ ਸਾਥ ਦਿਆਂਗੇ, ਵੋਟ ਦਿਆਂਗੇ। ਹਾਂ, ਇਹਦਾ ਮਤਲਬ ਹੈ ਕਿ ਆਇਨੀ ਤਰਮੀਮ ਹੁਣ ਕਿਹੜੀ ਆ ਰਹੀ ਹੈ। ਇੰਨਾ ਹਕੂਮਤ ਨੂੰ ਵੀ ਪਤਾ ਲੱਗ ਗਿਆ ਕਿ ਕਾਜ਼ੀ ਦੀ ਐਕਸਟੈਂਸ਼ਨ ਨਹੀਂ ਹੋਣੀ, ਔਰ ਮੌਲਾਨਾ ਕਿਉਂ ਇੰਨਾ ਡਟ ਕੇ ਖੜਾ ਆ ਗਿਆ ਉਹ ਵੀ ਪਤਾ ਲੱਗ ਗਿਆ। ਕਾਜ਼ੀ ਨਾ ਹੋ ਗਿਆ ਹੱਥ, ਹਾਂਜੀ, ਕਾਜ਼ੀ ਨਾ ਕਰਤਾ ਨੂਨ ਲੀਗ ਨੇ ਅਤੇ ਹੈਡਰਾਂ ਨੇ ਹੱਥ। ਯਕੀਨ ਕਰੋ, ਕਾਜ਼ੀ ਨੂੰ ਜਿੰਨਾ ਵਾਇਆ ਨਾ ਇਹਨਾਂ ਨੇ, ਉਹ ਘੁਮਿਆਰ ਨਾ ਖੋਤਾ ਨਹੀਂ ਫਟਦਾ। ਹਾਂਜੀ, ਮੈਂ ਮਿਸਾਲ ਦੇ ਰਹੀ ਯਾਰ, ਐਸੀ ਕੋਈ ਗੱਲ ਨਹੀਂ। ਹਾਂ, ਮਤਲਬ ਤੁਸੀਂ ਕਹਿ ਰਹੇ ਹੋ ਕਿ ਘੁਮਿਆਰ ਜਿਹੜਾ ਨਾ ਉਹ ਇੰਨਾ ਖੋਤਾ ਨਹੀਂ ਬਣਦਾ ਅਤੇ ਇੰਨਾ ਕੋਈ ਕਿਸਾਨ ਹੱਲ ਨਹੀਂ ਬਣਦਾ, ਹਾਂ, ਜਿੰਨਾ ਇਹਨਾਂ ਨੇ ਕਾਜ਼ੀ ਨੂੰ ਵਾਇਆ। ਹਾਂ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਖੋਤੇ ਨੂੰ ਪੱਠੇ ਦਿਖਾ ਕੇ ਨਾ ਚਾਰਾ ਦਿਖਾ ਕੇ ਉਹਨੂੰ ਕਹਿੰਦੇ ਨੇ ਕਿ ਵੀ ਇਹ ਕੰਮ ਤੇਰਾ ਖਤਮ ਹੋਇਆ ਅਤੇ ਚਾਰਾ ਤੇ ਇੱਥੇ ਪਿਆ ਚਾਰਾ, ਹਾਂ, ਕੰਮ ਮੁਕਾ ਕੇ ਤੂੰ ਚਾਰਾ ਖਾਣਾ। ਉਹ ਜਿਹੜਾ ਵੀ ਕੰਮ ਹੋਏ, ਹਾਂ, ਜੋ ਮਰਜ਼ੀ ਲੋਡ ਚੁਕਵਾ ਲਓ ਉਹਦੇ ਕੋਲ, ਹਾਂ, ਉਹ ਕਰ ਕਰਾ ਕੇ ਤਾਂ ਪਹੁੰਚ ਜਾਂਦਾ। ਅਤੇ ਕਾਜ਼ੀ ਵੀ ਤੁਸੀਂ ਕਹਿ ਲਓ ਕਿ ਉਸੇ ਡਗਰ 'ਤੇ ਚੱਲਿਆ ਉਹ ਖੋਤੇ ਵਾਲੀ, ਕਿ ਉਹਨੇ ਕਿਹਾ ਕਿ ਜੋ ਮਰਜ਼ੀ ਗੈਰ ਕਾਨੂੰਨੀ ਗੈਰ ਆਇਨੀ ਜਿੰਨਾ ਮਰਜ਼ੀ ਕੋਈ ਅਖਲਾਕ ਤੋਂ ਗਿਰਿਆ ਹੋਇਆ ਕਿ ਸਾਰੀ ਦੁਨੀਆ ਨੂੰ ਪਤਾ ਲੱਗ ਜਾਏ ਕਿ ਵੀ ਬੱਲਾ ਵਾਪਸ ਖੋਇਆ ਇਹਨੇ ਬਗੈਰਤ ਨੇ ਇਹਨਾਂ ਦੇ ਕਹਿਣ 'ਤੇ ਨੂਨ ਲੱਗੀਆਂ ਦੇ ਔਰ ਹੈਂਡਰਾਂ ਦੇ, ਸਾਰੀ ਦੁਨੀਆ ਕਹਿ ਰਹੀ ਅੱਜ ਉਹਦੇ ਕੰਨ 'ਤੇ ਜੂਨ ਹੀ ਰਿੰਗੀ। ਹਾਂ, ਉਹ ਕਹਿੰਦਾ ਮਸਲਾ ਹੀ ਕੋਈ ਨਹੀਂ, ਐਕਸਟੈਂਸ਼ਨ ਅੱਗੇ ਨਜ਼ਰ ਆ ਰਹੀ ਸੀ ਉਹਨੂੰ, ਅਤੇ ਇਹਨਾਂ ਨੇ ਐਕਸਟੈਂਸ਼ਨ ਦਾ ਪੱਠੇ ਪਾਏ ਕਾਜ਼ੀ ਨੂੰ। ਕਾਜ਼ੀ ਪਿੱਛੇ ਪਿੱਛੇ ਚੱਲਦਾ ਰਿਹਾ ਅਤੇ ਵੰਧਦੇ ਰਹੇ ਕਾਜ਼ੀ ਨੂੰ। ਯਕੀਨ ਕਰੋ, ਹਾਂਜੀ, ਕੋਈ ਟੈਕਸ ਨਹੀਂ ਵੰਧਦਾ ਕਿਰਾਏ ਦੀ, ਕਾਜ਼ੀ ਨੂੰ ਵਾਇਆ। ਅਤੇ ਹੋਇਆ ਕਿ ਜਨਾਬ, ਐਂਡ ਦੇ ਵਿੱਚ ਆ ਕੇ ਅਤੇ ਉਹ ਕਹਿਣ ਲੱਗੇ ਕਿ ਮੌਲਾਨਾ ਨੇ ਉਹਨਾਂ ਨੇ ਅੱਗੇ ਕਰਤਾ, ਚੱਲ ਮੌਲਾਨਾ ਮੌਲਾਨਾ ਆ ਗਿਆ ਕਿ ਐਕਸਟੈਂਸ਼ਨ ਹੀ ਆਉਣ ਲੱਗੀ। ਹਾਂ, ਕਾਜ਼ੀ ਵੜ ਗਿਆ, ਕਾਜ਼ੀ ਦਾ ਬੇੜਾ ਗਰਕ ਹੋ ਗਿਆ। ਕਾਜ਼ੀ ਸਮਝ ਆ ਗਈ ਕਿ ਮੇਰਾ ਹੋ ਗਿਆ ਹੱਥ, ਮੈਨੂੰ ਇਹਨਾਂ ਨੇ ਕੰਮ ਘੁੰਮ ਲੈ ਕੇ, ਕਿਉਂਕਿ ਆਪ ਹੀ ਡਰੇ ਨੇ ਨਾ ਕਿ ਕਾਜ਼ੀ ਪਾਗਲ ਆਦਮੀ ਹੈ, ਹਾਂ, ਇਹ ਨਾ ਹੋਵੇ ਸਾਡੇ 'ਤੇ ਚੜਿਆ ਹੋਵੇ ਕੱਲ੍ਹ ਐਕਸਟੈਂਸ਼ਨ ਲੈ ਕੇ ਸਾਡੇ। ਕਿਉਂਕਿ ਮੀਆਂ ਸਾਹਿਬ ਨੂੰ ਇੱਕ ਗੱਲ ਬੜੀ ਪੱਕੀ ਪਤਾ ਕਿ ਜਿਹਨੂੰ ਵੀ ਐਕਸਟੈਂਸ਼ਨ ਦਿੱਤੀ ਹੈ
ਉਹਨਾਂ ਨੇ ਮੀਆਂ ਸਾਹਿਬ ਦੀਆਂ ਲੱਤਾਂ ਹੀ ਚੁੱਕੀਆਂ ਨੇ। ਉਹ ਪਿਆ ਚੱਲ ਮੀਆਂ ਸਾਹਿਬ ਹੁਣ ਕਾਜ਼ੀ ਨੂੰ ਵੀ ਐਕਸਟੈਂਸ਼ਨ ਵੀ ਦੇਣ ਲੱਗੇ, ਨਾ ਹੀ ਹੈਂਡਲ ਦੇਣ ਲੱਗੇ ਨੇ। ਹਾਂ ਕਾਜ਼ੀ ਨਾ ਹੋ ਗਿਆ ਹੱਥ, ਲੇਕਿਨ ਹੁਣ ਆਇਨੀ ਤਰਮੀਮ ਐਸੀ ਲਿਆ ਰਹੇ ਨੇ ਕਿ ਬਈ ਪੰਜ ਜੱਜਾਂ ਦੇ ਵਿੱਚੋਂ ਹਕੂਮਤ ਜਿਹੜੀ ਹੈ ਉਹ ਸਿਲੈਕਟ ਕਰੇਗੀ ਕਿ ਅਗਲਾ ਚੀਫ ਕਿਹੜਾ ਬਣੇਗਾ। ਹਾਂਜੀ, ਇਹ ਇੱਕ ਬੜੀ ਵੱਡੀ ਜਿਹੜੀ ਹੈ ਨਾ ਹਿਸਾਬ ਕਿਤਾਬ ਉਹਨਾਂ ਨੇ ਪਾਤਾ। ਹੁਣ ਉਹ ਕਹਿ ਰਹੇ ਨੇ ਕਿ ਜਿਹੜੇ ਆਪਣਾ ਮਸੂਦ ਅਲੀ ਸ਼ਾਹ ਸਾਹਿਬ, ਪਤਾ ਨਹੀਂ ਮੈਂ ਨਾਮ ਭੁੱਲ ਗਿਆ, ਮਨਸੂਰ ਅਲੀ ਸ਼ਾਹ ਸਾਹਿਬ, ਹਾਂ ਮਨਸੂਰ ਅਲੀ ਸ਼ਾਹ ਅਤੇ ਮਨੀਪ ਫਰੂਖ ਅਤੇ ਯਾਹਿਆ ਅਫਰੀਦੀ, ਹਾਂ ਇਹਨਾਂ ਨੂੰ ਬਿਲਕੁਲ ਸਾਈਡ ਲਾਈਨ ਕਰਕੇ ਖੁੱਡੇ ਲਾਈਨ ਲਾ ਕੇ ਅਤੇ ਥੱਲਿਓਂ ਇੱਕ ਆਪਣਾ ਬੰਦਾ ਲਿਆਇਆ ਜਾਏ ਕਾਜ਼ੀ ਵਰਗਾ। ਹਾਂ, ਅਤੇ ਹੁਣ ਉਸ ਬੰਦੇ ਨੂੰ ਵੀ ਪਤਾ ਹੈਗਾ ਕਿ ਇਹਨਾਂ ਨੇ ਕਾਜ਼ੀ ਨੇ ਕੀ ਕੀਤਾ, ਮੇਰੇ ਨਾਲ ਵੀ ਹੋਈ ਹੋਣੀ। ਖੈਰ ਉਹਨੇ ਸਾਲ 'ਚ ਰਿਟਾਇਰ ਹੋ ਜਾਣਾ, ਉਹਨੂੰ ਬਣਾਉਣਾ ਹੀ ਤਾਂ ਹੀ ਉਹਨਾਂ ਨੇ ਕਿ ਬਈ ਇਹ ਤੂੰ ਬਣਨਾ, ਤੈਨੂੰ ਬਣਾ ਦਿਆਂਗੇ ਅਤੇ ਤੁਸੀਂ ਬਸ ਹਾਂ 'ਚ ਹਾਂ ਮਿਲਾਉਣੀ ਹੈ ਜਿਵੇਂ ਕਾਜ਼ੀ ਕਰਦਾ ਸੀ ਉਵੇਂ, ਅਤੇ ਉਹਨੂੰ ਪਤਾ ਨਹੀਂ ਕੀ ਪੱਠੇ ਦਿਖਾਉਣਗੇ ਹੁਣ। ਖੈਰ ਨਹੀਂ ਵੇ, ਉਹ ਜਨਾਬ ਉਹਨੂੰ ਬਣਾ ਕੇ ਅਤੇ ਉਹਦੇ ਕੋਲ ਕੰਮ ਕੁੰਮ ਲਿਆ ਜਾਏ, ਉਹਨੂੰ ਖੋਤੇ ਵਾਂਗੂ ਵਾਹਿਆ ਜਾਏਗਾ ਫਿਰ। ਹਾਂ, ਫਿਰ ਉਹਨੂੰ ਫਰਕ ਕਰਤਾ ਜਾਏਗਾ। ਹਾਂ, ਇਹ ਹੁਣ ਹੋ ਰਹੀ ਗੇਮ। ਹੁਣ ਇਸ ਗੇਮ ਦੇ ਵਿੱਚ ਮੌਲਾਨਾ ਦਾ ਇਮਕਾਨ ਬਣ ਰਿਹਾ ਕਿ ਮੌਲਾਨਾ ਵੀ ਵੋਟ ਦੇਗਾ, ਔਰ ਕੁਛ ਐਸੇ ਦਗੜ ਦੱਲੇ ਨੇ ਪੀ ਟੀ ਆਈ ਦੇ, ਯਕੀਨ ਕਰੋ ਇਹ ਹਮੇਸ਼ਾ ਸਾਡੇ ਦਿਲ 'ਤੇ ਜਿਹੜਾ ਨਾ ਇਹ ਵੱਜਦੀ ਹੈ ਚੀਜ਼ ਕਿ ਖਾਂ ਦੇ ਨਾਂ 'ਤੇ ਵੋਟ ਲੈ ਕੇ ਵਿਕ ਜਾਣ ਵਾਲੇ। ਇਹਨਾਂ ਵਿੱਚੋਂ ਇੱਕ ਐਸਾ ਵੀ ਹੈ ਕਿ ਜਿਹਨੇ ਆਪਣੇ ਭਰਾ ਦਾ ਖੂਨ ਦਾ ਸੌਦਾ ਤੱਕ ਕਰ ਦਿੱਤਾ ਕਿ ਲੋਕਾਂ ਨੇ ਵੋਟ ਪਾਏ ਸੀ ਉਹਨੂੰ ਖਾਂ ਦੇ ਨਾਂ 'ਤੇ, ਉਹਦੇ ਭਰਾ ਦੇ ਨਾਂ 'ਤੇ, ਅਤੇ ਉਹ ਵੀ ਜਾ ਕੇ ਬੈਠਾ ਨਜ਼ਰ ਆ ਰਿਹਾ ਨੂਨ ਲੀਗੀਆਂ ਦੇ ਕੋਲ। ਹਾਂਜੀ, ਇਹਦਾ ਮਤਲਬ ਕਿ ਉਹ ਵੀ ਗਿਆ ਚਲਾ, ਹੋਰ ਵੀ ਕਈ ਪੰਜਾਬ ਦੇ ਵਿੱਚੋਂ ਵੀ ਲੱਗ ਗਏ ਨੇ। ਲੇਕਿਨ ਇੱਕ ਗੱਲ ਤੈਅ ਵੇ ਕਿ ਜਿਹੜਾ ਜਿਹੜਾ ਇਹ ਬਗੈਰਤੀ ਕਰੇਗਾ, ਹਾਂ ਉਹ ਫਿਰ ਜਿਹੜਾ ਨਾ ਸਾਰੀ ਉਮਰ ਵਾਸਤੇ ਉਹਦੀ ਜ਼ਿਲਤ ਜਿਹੜੀ ਹੈ ਨਾ ਉਹ ਹਰ ਜਗ੍ਹਾ 'ਤੇ ਲਿਖ ਦਿੱਤੀ ਜਾਏਗੀ, ਜੁੱਤੀਆਂ ਦੇ ਹਾਰ ਨੂੰ ਪਾਏ ਜਾਣਗੇ। ਹਾਂ, ਔਰ ਕਦੀ ਵੀ ਉਹ ਆਪਣੇ ਇਲਾਕੇ 'ਚ ਜਾ ਨਹੀਂ ਸਕੇਗਾ, ਕਿਸੇ ਦਾ ਸਾਹਮਣਾ ਨਹੀਂ ਕਰ ਸਕੇਗਾ, ਸਾਰੀ ਜ਼ਿੰਦਗੀ ਸ਼ਰਮਿੰਦਾ ਸ਼ਰਮਿੰਦਾ ਹੀ ਰਹੇਗਾ ਸਾਰੀ ਜ਼ਿੰਦਗੀ, ਬਲਕਿ ਉਹ ਆਪਣੇ ਪੂਰਾ ਉਹਦਾ ਖਾਨਦਾਨ ਵੀ ਸ਼ਰਮਿੰਦਾ ਰਹੇਗਾ ਕਿ ਵੀ ਇਹ ਕੀ ਕੀਤਾ ਇਹਨੇ ਖਾਂ ਦੇ ਨਾਲ ਗੱਦਾਰੀ ਕਰਕੇ। ਜਿੰਨੇ ਜਿੰਨੇ ਵੀ ਆਇਨੀ ਤਰਮੀਮ 'ਚ ਦੋ ਨੰਬਰ ਆਇਨੀ ਤਰਮੀਮ 'ਚ ਵੋਟ ਪਾਉਣ ਦੀ ਕੋਸ਼ਿਸ਼ ਕੀਤੀ, ਸਮਝੋ ਉਹ ਰਗੜਿਆ ਗਿਆ। ਅਤੇ ਦੂਸਰੀ ਖਬਰ ਜਿਹੜੀ ਹੈ ਜਨਾਬ ਉਹ ਆ ਰਹੀ ਹੈ ਕਿ ਇਹ ਜਿਹੜੇ ਸਹਾਫ਼ੀ ਨੇ, ਹਾਂ ਸਹਾਫ਼ੀ ਕੀ ਨੇ ਯਾਰ, ਕੋਈ ਖੋਤੀ ਦਾ ਬੱਚਾ ਜਾਗ ਨਹੀਂ ਕਰ ਰਿਹਾ, ਸੱਚੀ ਗੱਲ ਇਹ ਸਹਾਫ਼ੀ ਇਹੋ ਜਿਹੇ ਹੁੰਦੇ ਨੇ ਬਗੈਰਤ ਦੇ ਬੱਚੇ। ਅੱਜ ਉੱਥੇ ਸਲਮਾਨ ਅਖੰਡ ਰਾਜੇ ਸਾਹਿਬ ਬਹਿ ਕੇ ਅਤੇ ਉਹ ਗੱਲ ਕਰ ਰਹੇ ਸੀ ਯਾਰ ਕਿਸ ਤਰ੍ਹਾਂ ਧੀਆਂ ਭੈਣਾਂ ਨੂੰ ਚੁੱਕਿਆ ਜਾ ਰਿਹਾ ਵੇ, ਹੈ ਕਿਸ ਤਰ੍ਹਾਂ ਬਰਬਰੀਅਤ ਫੈਲਾਈ ਜਾ ਰਹੀ ਹੈ। ਅਤੇ ਇਹਨਾਂ ਨੇ ਜੂ ਹੀ ਸੁਣਿਆ ਉੱਥੇ ਬੈਠੇ ਸੀ ਸਾਰੇ ਲਿਫਾਫਾ ਖੋਰ ਹਰਾਮਜ਼ਾ ਦੇ ਬਗੈਰਤ ਕੰਜਰ ਕਿਸੇ ਪਾਸੇ ਦੇ, ਹਾਂ ਇਹਨਾਂ ਨੇ ਮਾਈਕ ਚੁੱਕ ਲਿਆ ਉੱਥੋਂ, ਹਾਂ ਮਾਈਕ ਚੁੱਕ ਲਿਆ ਉੱਥੇ ਜੀ, ਨਹੀਂ ਜੀ ਇਹ ਬਾਈਕਾਟ ਹੈ ਜੀ, ਕਿ ਤੁਸੀਂ ਉਹ ਜਿਹੜਾ ਅਲੀ ਮੀਨ ਗੰਡਾਪੁਰ ਨੇ ਕਿਹਾ ਸੀ ਕਿ ਮੈਂ ਨੋਟ ਹਾਂ ਮੇਰਾ ਮੂਡ ਬਣਿਆ ਇੱਕ ਸਾਫ਼ੀ, ਉਹ ਨਾ ਉਹਨੇ ਨਾਮ ਲਿਆ ਕਿਸੇ ਸਾਫ਼ੀ ਦਾ, ਨਾ ਉਹਨੇ ਕਿਹਾ ਸਾਫ਼ੀ ਹੈ, ਉਹਨੇ ਕਿਹਾ ਕਿ ਉਹ ਟਾਊਟ ਹੈ, ਹਾਂ ਉਹ ਲਿਫਾਫਾ ਟਾਊਟ ਹੈ, ਤੁਸੀਂ ਲਿਫਾਫੇ ਤੁਸੀਂ ਟਾਊਟ ਹੋ, ਅੱਜ ਤਾਂ ਇਹਨਾਂ ਨੇ ਸਾਬਤ ਕੀਤਾ ਮਾਈਕ ਚੁੱਕ ਕੇ। ਔਰ ਵੈਸੇ ਵੀ ਯਾਰ ਕਿਹੜੀ ਤਸ਼ਹੀਰ ਹੁੰਦੀ ਹੈ, ਹਾਂ ਕਿਹੜਾ ਪ੍ਰੈਸ ਕਾਨਫਰੰਸਾਂ ਚੱਲਦੀਆਂ ਨੇ ਟੀ ਵੀ 'ਤੇ, ਕੋਈ ਵੀ ਨਹੀਂ, ਇਹਨਾਂ ਨੂੰ ਇਜਾਜ਼ਤ ਲੈਣੀ ਪੈਂਦੀ ਅੱਗੇ, ਚੱਲਦੀ ਹੀ ਨਹੀਂ ਕੁਝ ਵੀ। ਹਾਂ, ਉਹਦੇ ਬਾਅਦ ਫਿਰ ਵੀ ਇਸ ਕਿਸਮ ਦੇ ਬੇਗੈਰਤੀ ਫੈਲਾ ਰਹੇ ਨੇ, ਚਾਹੀਦਾ ਇਹੀ ਹੈ ਪੀ ਟੀ ਆਈ ਦੀ ਕੈਦ ਨੂੰ ਕਿ ਇਹਨਾਂ ਨੂੰ ਬੁਲਾਉਣ ਹੀ ਨਾ, ਪ੍ਰੈਸ ਕਾਨਫਰੰਸਾਂ ਇਹਨਾਂ ਦੇ ਸਾਹਮਣੇ ਕਰੋ ਹੀ ਨਾ, ਕਿਉਂਕਿ ਕਰਨ ਦਾ ਫਾਇਦਾ ਹੀ ਕੋਈ ਨਹੀਂਗਾ, ਜਾਂ ਤਾਂ ਇਹਨਾਂ ਕੋਈ ਟੀ ਵੀ 'ਤੇ ਤੁਹਾਡਾ ਕੋਈ ਚੱਲੇ ਮੀਡੀਆ 'ਤੇ, ਔਰ ਮੀਡੀਆ ਦੇਖਦਾ ਹੀ ਕੋਈ ਨਹੀਂ, ਮੇਨ ਸਟ੍ਰੀਮ ਮੀਡੀਆ ਸਭ ਸੋਸ਼ਲ ਮੀਡੀਆ ਦੇ, ਸਿਰਫ ਸੋਸ਼ਲ ਮੀਡੀਆ ਵਾਲਿਆਂ ਨੂੰ ਬੁਲਾਓ ਅਤੇ ਪ੍ਰੈਸ ਕਾਨਫਰੰਸ ਕਰੋ। ਹਾਂਜੀ, ਅਤੇ ਇਹਨਾਂ 'ਤੇ ਲਾਓ ਪਾਬੰਦੀ ਕਿ ਕੋਈ ਚੈਨਲ ਵੀ ਜਿਹੜਾ ਉਹ ਨਾ ਦਿਖਾ ਸਕੇ ਕਿ ਪੀ ਟੀ ਆਈ ਦੇ ਸਾਰੇ ਰਾਈਟ ਆਪਣੇ ਮੀਡੀਆ ਨੂੰ ਦੇਵੋ ਤੁਸੀਂ ਪੀ ਟੀ ਆਈ ਦੇ,
ਕਿ ਕੋਈ ਹੋਰ ਨਾ ਦਿਖਾ ਸਕੇ ਟੀਵੀ ਚੈਨਲ। ਯਕੀਨ ਕਰੋ ਯਾਰ, ਨੌਕਰ ਰਗੜਦੇ ਹੋਏ ਆਉਣਗੇ ਤੁਹਾਡੇ ਕੋਲ, ਮਾਫੀਆਂ ਮੰਗਦੇ ਹੋਏ ਆਪ ਆਉਣਗੇ ਤੁਹਾਡੇ ਕੋਲ, ਸਾਨੂੰ ਮਾਫ਼ ਕਰ ਦਿਓ। ਇਹਨਾਂ ਦੇ ਜਿਹੜੇ ਮਾਲਕ ਨੇ, ਹਾਂ ਉਹ ਚੈਨਲਾਂ ਦੇ, ਉਹ ਸਾਰੇ ਗੁਲਾਮ ਨੇ, ਤੁਹਾਨੂੰ ਪਤਾ ਜੋ ਆਰਡਰ ਆਉਂਦਾ ਇਹ ਸਾਰਾ ਆਰਡਰ ਉੱਥੋਂ ਹੀ ਹੈ, ਕਿਉਂਕਿ ਰਿਲੀਜ਼ਾ ਚੁੰਮੀ ਜਿਹੜੀ ਹੈ, ਹਾਂ ਉਹ ਸਭ ਤੋਂ ਭਾਰੀ ਚੁੱਕੀ ਹੈ। ਹਾਂ ਕਿਉਂਕਿ ਸਾਰਿਆਂ ਨੂੰ ਪਤਾ ਕਿ ਗੰਡਾ ਕਿਹਨੂੰ ਕਿਹਾ, ਹਾਂ ਔਰ ਗਲੀਜ਼ਾ ਦੇ ਆਪਣਾ ਗਲੀਜ਼ਾ ਚੁੰਮੀ ਜਿਹੜੀ ਉਹਦੇ ਤਾਲੁਕਾਤ ਬਹੁਤ ਉੱਤੇ ਕਰਦੇ ਨੇ। ਬਾਬਾ ਜੀ ਸੁਣਾਉਂਦੇ ਨੇ ਕਿ ਕਿਹੋ ਜਿਹੇ ਤਾਲੁਕਾਤ ਨੇ। ਮੈਂ ਬਾਬਾ ਜੀ ਨਾਰਮਲ ਤਾਲੁਕਾਤ ਹੁੰਦੇ ਨੇ, ਬਾਬੇ ਕਹਿੰਦੇ ਨੋਰਮਲ ਤਾਲੁਕਾਤ 'ਚ ਇਹ ਕੁਛ ਨਹੀਂ ਹੁੰਦਾ। ਮੈਂ ਕਿਹਾ ਬਾਬਾ ਜੀ ਕੋਈ ਰੂਹਾਨੀ ਤਾਲੁਕ ਹੋਣਾ, ਬਾਬਾ ਜੀ ਸੁਣਾਉਂਦੇ ਨਹੀਂ ਇਸ ਕਿਸਮ ਦੇ ਕੰਮ ਰੂਹਾਨੀ ਤਾਲੁਕ 'ਚ ਵੀ ਨਹੀਂ ਹੁੰਦੇ। ਮੈਂ ਕਿਹਾ ਬਾਬਾ ਜੀ ਫਿਰ ਤੁਸੀਂ ਕਹਿ ਲਓ ਕਿ ਪਤਾ ਨਹੀਂ ਕੀ, ਤੁਸੀਂ ਆਪ ਦੱਸ ਦਿਓ ਫਿਰ। ਬਾਬਾ ਜੀ ਕਹਿੰਦੇ ਕੋਈ ਨਜਾਇਜ਼ ਤਾਲੁਕ ਨੇ। ਮੈਂ ਬਾਬਾ ਜੀ ਨਜਾਇਜ਼ ਕਿਸ ਕਿਸਮ ਦੇ? ਬਾਬੇ ਕਹਿੰਦੇ ਉਹੀ ਲਫਾਫੇ ਲਫੂਫਿਆਂ ਵਾਲੇ, ਹੋਰ ਕਿਹੜੇ ਨਜਾਇਜ਼ ਨੇ, ਕੁਝ ਹੋਰ ਵੀ ਹੋ ਸਕਦਾ।